ਦੋਸਤੋ, ਮੈਂ ਹਾਂ ਕੁਲਦੀਪ ਸਿੰਘ ਬੇਦੀ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬੀ ਸਿਨੇਮਾ ਫਾਰ ਯੂ ਦੇ ਉੱਤੇ ਮੈਂ ਤੁਹਾਡੇ ਨਾਲ ਜਿਹੜੀਆਂ ਨਵੀਆਂ ਪੰਜਾਬੀ ਫਿਲਮਾਂ ਰਿਲੀਜ਼ ਹੁੰਦੀਆਂ ਨੇ ਉਹਦੇ ਬਾਰੇ ਗੱਲ ਕਰਦਾ ਹਾਂ। 12 ਜਨਵਰੀ ਨੂੰ ਇਸ ਸ਼ੁੱਕਰਵਾਰ ਜਿਹੜੀ ਫਿਲਮ ਰਿਲੀਜ਼ ਹੋਈ ਹੈ ਰਜ਼ਾ ਏ ਇਸ਼ਕ, ਉਸ ਫਿਲਮ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਾਂਗਾ। ਦੋਸਤੋ, ਇਸ ਫਿਲਮ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਮੇਰੀ ਬੇਨਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਸਾਡਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਉਹ ਇਹਨੂੰ ਸਬਸਕ੍ਰਾਈਬ ਕਰ ਲੈਣ। ਜੇ ਉਹ ਸਬਸਕ੍ਰਾਈਬ ਕਰ ਲੈਂਦੇ ਆ ਤਾਂ ਸਾਡੇ ਨਾਲ ਉਹ ਜੁੜੇ ਰਹਿੰਦੇ ਆ ਅਤੇ ਸਾਡੀ ਜਿਹੜੀਆਂ ਨਵੀਂ ਗੱਲਬਾਤ ਆ, ਅੱਗੋਂ ਵੀਡੀਓ ਆਉਣ ਵਾਲੀ ਆ, ਉਹਦੇ ਨਾਲ ਉਹ ਕਨੈਕਟ ਹੋ ਜਾਂਦੇ ਆ। ਸੋ ਦੋਸਤੋ, ਜਦੋਂ ਮੈਂ ਇਸ ਫਿਲਮ ਦੀ ਗੱਲ ਕਰਦਾ ਤੁਹਾਡੇ ਨਾਲ, ਰਜ਼ਾ ਏ ਇਸ਼ਕ, ਇਹ ਸਾਡੇ ਇੱਕ ਬਹੁਤ ਮਸ਼ਹੂਰ ਕਹਾਣੀਕਾਰ ਹੋਏ ਨੇ ਸਾਦਤ ਹਸਨ ਮੰਟੋ, ਜਿਨ੍ਹਾਂ ਦੀ ਕਹਾਣੀ ਲਾਇਸੈਂਸ ਨੂੰ ਲੈ ਕੇ ਬੇਸ ਬਣਾ ਕੇ ਇਹ ਫਿਲਮ ਜਿਹੜੀ ਹੈ ਇਹ ਬਣਾਈ ਗਈ ਹੈ। ਮੈਂ ਇਸ ਫਿਲਮ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਇੱਕ ਗੱਲ ਮੈਂ ਹੋਰ ਗੱਲ ਕਰਨੀ ਚਾਹੁੰਦਾ ਵਾਂ ਕਿ ਇਸ ਫਿਲਮ ਦਾ ਜਿਹੜਾ ਹੀਰੋ ਹੈ ਹਾਰਪ ਫਾਰਮਰ ਦੇ, ਮੈਂ ਇੰਟਰਵਿਊਸ ਕੁਝ ਸੁਣ ਰਿਹਾ ਸੀ ਪਿਛਲੇ ਦਿਨਾਂ ਦੇ ਉੱਤੋਂ, ਪਿਛਲੇ ਮਹੀਨੇ ਜਦੋਂ ਐਨੀਮਲ ਫਿਲਮ ਰਿਲੀਜ਼ ਹੋਈ ਹੈ ਤਾਂ ਉਸ ਵੇਲੇ ਇਹਨਾਂ ਦਾ ਜ਼ੋਰ ਲੱਗ ਰਿਹਾ ਸੀਗਾ ਵੀ ਰਜ਼ਾ ਏ ਇਸ਼ਕ ਜਿਹੜੀ ਹੈ 8 ਦਸੰਬਰ ਨੂੰ ਰਿਲੀਜ਼ ਹੋ ਜਾਂਦੀ ਜਾਂ ਉਹਦੇ ਨੇੜੇ ਥੇੜੇ ਕਿਤੇ ਰਿਲੀਜ਼ ਹੋ ਜਾਂਦੀ। ਪਰ ਹਾਰਪ ਇਸ ਗੱਲ ਦੇ ਉੱਤੇ ਗਲਾ ਪ੍ਰਗਟ ਕਰ ਰਿਹਾ ਸੀਗਾ ਵੀ ਜਿਹੜੇ ਲੋਕ ਨਵੇਂ ਹੁੰਦੇ ਆ ਫਿਲਮ ਇੰਡਸਟਰੀ ਵਿੱਚ, ਉਹ ਫਿਲਮ ਬਣਾ ਕੇ ਲੈ ਕੇ ਆਉਂਦੇ ਆ, ਤਾਂ ਉਹਨਾਂ ਨੂੰ ਆਪਣੀ ਫਿਲਮ ਰਿਲੀਜ਼ ਕਰਨ ਦੇ ਉੱਤੇ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਦੋਸਤੋ, ਉਹਨੇ ਇਸ ਗੱਲ ਦੇ ਉੱਤੇ ਚਿੰਤਾ ਪ੍ਰਗਟ ਕੀਤੀ ਹੈ, ਜਿਹੜੇ ਨਵੇਂ ਲੋਕ ਇੱਥੇ ਐਂਟਰ ਹੁੰਦੇ ਨੇ ਉਹਨਾਂ ਨੂੰ ਸਿਨੇਮੇ ਵਾਲੇ ਜਿਹੜੇ ਉਹ ਲਾਗੇ ਨਹੀਂ ਲੱਗਣ ਦਿੰਦੇ, ਔਰ ਇਸ ਢੰਗ ਨਾਲ ਡਰਾਇਆ ਜਾਂਦਾ ਹੈ ਵੀ ਐਨੀਮਲ ਬੜੀ ਵੱਡੀ ਫਿਲਮ ਹੈ ਜੀ, ਉਹ ਹਿੰਦੀ ਦੀ ਫਿਲਮ ਬਹੁਤ ਵੱਡੀ ਫਿਲਮ ਆ ਰਹੀ ਹੈ ਜੀ, ਇੱਕ ਹੋਰ ਹਿੰਦੀ ਫਿਲਮ ਆ ਰਹੀ ਹੈ ਜੀ, ਆਪਣੇ ਇਸ ਫਿਲਮ ਦੀ ਰੀਸ ਹੈ, ਤੁਸੀਂ ਇਸ ਨੂੰ ਅੱਗੇ ਲੈ ਜਾਓ। ਇੱਕ ਤਰ੍ਹਾਂ ਨਾਲ ਹਾਰਪ ਨੇ ਆਪਣੀ ਉਹਦੇ ਵਿੱਚ ਬੜੀ ਬਹੁਤ ਜ਼ਿਆਦਾ ਨਿਰਾਸ਼ਾ ਪ੍ਰਗਟ ਕੀਤੀ ਉਸ ਇੰਟਰਵਿਊ ਦੇ ਵਿੱਚ, ਔਰ ਉਹਨੂੰ ਇੱਕ ਵਾਰੀ ਤਾਂ ਲੱਗਿਆ ਵੀ ਸਾਡੀ ਫਿਲਮ ਸ਼ਾਇਦ ਸਿਨੇਮਿਆਂ ਦਾ ਮੂੰਹ ਨਹੀਂ ਦੇਖ ਸਕੇਗੀ ਅਤੇ ਇਸ ਨੂੰ OTT ਪਲੇਟਫਾਰਮ 'ਤੇ ਲਿਜਾਣਾ ਪਏਗਾ। ਸੋ ਦੋਸਤੋ, ਉਹ ਜਿਹੜੀ ਮੈਂ ਇੰਟਰਵਿਊ ਉਹਦੀ ਸੁਣੀ ਆ ਉਹ ਸੱਚਮੁੱਚ ਉਹਨੇ ਚਿੰਤਾ ਵਿੱਚ ਪਾਇਆ, ਪਰ ਆਪਾਂ ਹੁਣ ਇਸ ਫਿਲਮ ਬਾਰੇ ਗੱਲ ਕਰਦੇ ਹਾਂ। ਸੋ ਦੋਸਤੋ, ਇਹ ਫਿਲਮ ਜਿਵੇਂ ਕਿ ਮੈਂ ਪਹਿਲਾਂ ਕਿਹਾ ਵੀ ਮੰਟੋ ਦੀ ਕਹਾਣੀ ਇੱਕ ਸੀਗੀ ਲਾਇਸੈਂਸ ਉੱਤੇ ਇਸ ਫਿਲਮ ਨੂੰ ਬਣਾਇਆ ਗਿਆ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਕਿ ਅਜੇ ਪਾਕਿਸਤਾਨ ਨਹੀਂ ਸੀ ਬਣਿਆ, ਉਸ ਤੋਂ ਪਹਿਲਾਂ ਦੀਆਂ ਗੱਲਾਂ ਨੇ, ਜਦੋਂ ਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਹੀਂ ਹੋਏਗਾ ਵੀ ਜਿਹੜਾ ਅਸੀਂ ਸਾਈਕਲ ਚਲਾਉਂਦੇ ਸੀਗੇ ਉਹਦੇ ਉੱਤੇ ਵੀ ਰੈਵਨਿਊ ਲਿਆ ਜਾਂਦਾ ਸੀ, ਉਹਦਾ ਲਾਇਸੈਂਸ ਹੁੰਦਾ ਸੀਗਾ। ਜੇ ਕੋਈ ਰਿਕਸ਼ਾ ਚਲਾਉਂਦਾ ਸੀਗਾ ਉਹਦੇ ਉੱਤੇ ਤਾਂ ਰੈਵਨਿਊ ਹੁੰਦਾ ਹੀ ਸੀਗਾ, ਔਰ ਜੇ ਕੋਈ ਟਾਂਗਾ ਚਲਾਉਂਦਾ ਸੀਗਾ ਤਾਂ ਉਹਦੇ 'ਤੇ ਵੀ ਰੈਵਨਿਊ ਲਿਆ ਜਾਂਦਾ ਸੀਗਾ। ਸੋ ਇਹ ਫਿਲਮ ਜਿਹੜੀ ਹੈ ਇੱਕ ਟਾਂਗੇ ਵਾਲੇ ਦੇ ਉੱਤੇ ਆਧਾਰਿਤ ਹੈ, ਉਹ ਟਾਂਗੇ ਵਾਲੇ ਦੇ ਉੱਤੇ ਆਧਾਰਿਤ ਫਿਲਮ ਜਿਹੜੀ ਹੈ ਇਹਨੂੰ ਮਤਲਬ ਲਾਇਸੈਂਸ ਨਾਲ ਜੋੜ ਦਿੱਤਾ ਗਿਆ, ਇੱਕ ਕਿੱਤੇ ਨਾਲ ਜੋੜ ਦਿੱਤਾ ਗਿਆ, ਇੱਕ ਵਿਅਕਤੀ ਨਾਲ ਜੋੜ ਦਿੱਤਾ ਗਿਆ। ਉਹ ਟਾਂਗੇ ਵਾਲਾ ਜਦੋਂ ਮਰ ਜਾਂਦਾ ਹੈ ਤਾਂ ਉਹਦੀ ਪਤਨੀ ਜਿਹੜੀ ਹੈ ਉਹ ਆਪਣਾ ਰੁਜ਼ਗਾਰ ਚਲਾਉਣ ਲਈ ਉਹ ਟਾਂਗਾ ਚਲਾਉਣਾ ਚਾਹੁੰਦੀ ਹੈ, ਔਰ ਉਹ ਹਾਕਮਾਂ ਕੋਲੋਂ ਉਹਦੇ ਲਈ ਲਾਇਸੈਂਸ ਮੰਗਣ ਜਾਂਦੀ ਹੈ, ਪਰ ਉਹਨੂੰ ਜੁਰਮਾਨਾ ਉਹ ਲਾ ਦਿੰਦੇ ਨੇ ਵੀ ਤੂੰ ਬਗੈਰ ਲਾਇਸੈਂਸ ਤੋਂ ਇਹ ਆਪਣਾ ਟਾਂਗਾ ਚਲਾਉਂਦੀ ਰਹੀ ਹੈ, ਤੇਰੇ ਉੱਤੇ 30 ਰੁਪਏ ਜੁਰਮਾਨਾ ਲਾਇਆ ਜਾਂਦਾ ਅਤੇ ਤੈਨੂੰ ਲਾਇਸੈਂਸ ਨਹੀਂ ਮਿਲ ਸਕਦਾ। ਉਹ ਇਸ ਗੱਲ ਲਈ ਬੜਾ ਰੌਲਾ ਪਾਉਂਦੀ ਹੈ ਵੀ ਮੈਂ ਜਿਹੜਾ ਗੁਜ਼ਾਰਾ ਉਹ ਕਿਸ ਤਰ੍ਹਾਂ ਕਰਨਾ ਹੈ, ਇਹ ਮੈਨੂੰ ਲਾਇਸੈਂਸ ਮਿਲਣਾ ਚਾਹੀਦਾ, ਮੈਂ ਟਾਂਗਾ ਚਲਾ ਸਕਦੀ ਹਾਂ, ਲੇਕਿਨ ਉਹਨੂੰ ਉਹ ਕਹਿੰਦੇ ਜੀ ਤੈਨੂੰ ਲਾਇਸੈਂਸ ਨਹੀਂ ਮਿਲ ਸਕਦਾ। ਉਹ ਕਹਿੰਦੀ ਫਿਰ ਮੈਂ ਕੀ ਕਰਾਂ, ਉਹ ਕਹਿੰਦੇ ਤੂੰ ਕੋਠੇ 'ਤੇ ਬਹਿ ਜਾ। ਇਹ ਤਾਂ ਸੀਗੀ ਮੰਟੋ ਦੀ ਕਹਾਣੀ। ਇਸ ਮੰਟੋ ਦੀ ਕਹਾਣੀ ਦੇ ਉੱਤੇ ਲੇਖਕ ਨਿਰਦੇਸ਼ਕ ਅਮਿਤ ਸਨੌਰੀਆ ਨੇ ਇਹ ਫਿਲਮ ਬਣਾਈ ਆ ਰਜ਼ਾ ਏ ਇਸ਼ਕ।
ਰਜ਼ਾ ਇਸ਼ਕ ਬਾਰੇ ਮੈਂ ਸਿਰਫ ਥੋੜ੍ਹੀ ਜਿਹੀ ਗੱਲ ਕਰਨੀ ਹੈ ਕਿਉਂਕਿ ਇਹਦੇ ਵਿੱਚ ਬਹੁਤੀ ਗੱਲ ਕਰਨ ਵਾਲੀ ਹੈ ਨੀਗੀ। 84 ਮਿੰਟ ਦੀ ਫਿਲਮ ਹੈ, ਮਤਲਬ 1.5 ਘੰਟੇ ਨਾਲ ਵੀ ਘੱਟ ਸਮੇਂ ਦੇ ਵਿੱਚ ਇਹ ਫਿਲਮ ਜਿਹੜੀ ਹੈ ਮੁਕੰਮਲ ਹੋ ਜਾਂਦੀ ਹੈ। ਕਹਾਣੀ ਜਿਹੜੀ ਮੈਂ ਤੁਹਾਨੂੰ ਸੁਣਾਈ ਹੈ ਇਹੀ ਕਹਾਣੀ ਹੈ ਬਿਲਕੁਲ। ਫਿਲਮ ਦੇ ਵਿੱਚ ਟਾਂਗਾ ਹੀ ਚੱਲਦਾ ਹੈ ਪੂਰਾ, ਔਰ ਟਾਂਗੇ ਦੇ ਉੱਤੇ ਜਿਹੜੇ ਕਿ ਉਹ ਇੱਕ ਅਬੂ ਨਾਂ ਦਾ ਹੈ ਜਿਹੜਾ ਟਾਂਗਾ ਚਲਾਉਂਦਾ ਹੈ, ਫਿਰ ਉਹਨੂੰ ਇੱਕ ਕੁੜੀ ਮਿਲਦੀ ਹੈ ਜਿਹੜੀ ਸਕੂਲ ਜਾਣ ਵਾਲੀ ਹੈ, ਉਹ ਉਹਨੂੰ ਆਪਣੇ ਟਾਂਗੇ 'ਤੇ ਬਿਠਾਉਣਾ ਸ਼ੁਰੂ ਕਰਦਾ ਹੈ। ਉਹਦੇ ਨਾਲ ਉਹਦੀ ਮੁਹੱਬਤ ਹੋ ਜਾਂਦੀ ਹੈ, ਉਹਦੇ ਨਾਲ ਉਹ ਜ਼ਬਰਦਸਤੀ ਵਿਆਹ ਕਰਦਾ ਦੌੜ ਕੇ, ਅਤੇ ਫਿਰ ਉਹਦੇ ਮਾਪੇ ਜਿਹੜੇ ਨੇ ਉਹਨੂੰ ਉਸ ਅਬੂ ਨੂੰ ਚੁੱਕ ਕੇ ਪੁਲਿਸ ਕੋਲ ਪਕੜਾ ਦਿੰਦੇ ਨੇ ਅਤੇ ਪੁਲਿਸ ਉਹਨੂੰ ਖਤਮ ਕਰ ਦਿੰਦੀ ਹੈ। ਸੋ ਦੋਸਤੋ ਇਹ ਆ ਕਹਾਣੀ, ਲੇਕਿਨ ਇਸ ਕਹਾਣੀ ਨੂੰ ਇੱਕ ਐਸੇ ਢੰਗ ਨਾਲ ਫਿਲਮਾਇਆ ਗਿਆ ਕਿ ਤਾਂ ਇਹ ਆਰਟ ਫਿਲਮ ਬਣ ਸਕੀ ਹੈ, ਨਾ ਇਹ ਕਮਰਸ਼ੀਅਲ ਬਣ ਸਕੀ ਹੈ। ਆਰਟ ਫਿਲਮ ਕਿਉਂ ਨਹੀਂ ਬਣ ਸਕੀ? ਆਰਟ ਫਿਲਮ ਜਿਹੜੀ ਹੈ ਉਹ ਤੁਹਾਨੂੰ ਉਸ ਸਮੇਂ ਦੇ ਵਿੱਚ ਲਿਜਾ ਕੇ ਖੜਾ ਕਰ ਦਿੰਦੀ, ਲੇਕਿਨ ਸਾਨੂੰ ਇੱਥੇ ਲੱਗਿਆ ਵੀ ਜਿਹੜਾ ਸਾਡਾ ਮੀਡੀਆ ਸੀਗਾ ਉਸ ਮੀਡੀਆ ਦੇ ਵਿੱਚ ਜਦੋਂ ਅਸੀਂ ਕਨਵਰਟ ਕਰਦੇ ਹਾਂ, ਅਸੀਂ ਇੱਕ ਕਹਾਣੀ ਹੈ, ਕਹਾਣੀ ਨੂੰ ਅਸੀਂ ਇੱਕ ਨਾਟਕ ਬਣਾ ਦਿੰਦੇ ਹਾਂ। ਲਾਇਸੈਂਸ ਉੱਤੇ ਬਹੁਤ ਸਾਰੇ ਨਾਟਕ ਵੀ ਖੇਲੇ ਗਏ ਨੇ, ਬਹੁਤ ਸਾਰੇ ਡਾਇਰੈਕਟਰਾਂ ਨੇ ਨਾਟਕ ਵੀ ਖੇਲੇ ਨੇ, ਫਿਰ ਅਸੀਂ ਨਾਟਕਾਂ ਦੀ ਬਜਾਏ ਅਸੀਂ ਉਹਨੂੰ ਕਨਵਰਟ ਕਰਨਾ ਚਾਹੁੰਦੇ ਹਾਂ, ਸੈਲੋਰਾਈਡ ਦੇ ਵਿੱਚ ਅਸੀਂ ਉਹਨੂੰ ਫਿਲਮਾਂ 'ਚ ਲੈ ਕੇ ਆਉਣਾ ਚਾਹੁੰਦੇ ਹਾਂ। ਲੇਕਿਨ ਇੱਥੇ ਮੈਨੂੰ ਲੱਗਿਆ ਵੀ ਨਾਟਕ ਔਰ ਸੈਲੋਰਾਈਡ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਮਹਿਸੂਸ ਹੋਇਆ। ਮੈਨੂੰ ਐਂ ਲੱਗਿਆ ਵੀ ਇੱਕ ਨਾਟਕ ਜਿਹੜਾ ਹੈ ਉਹ ਸ਼ੂਟ ਹੋ ਰਿਹਾ ਔਰ ਉਹ ਨਾਟਕ ਜਿਹੜਾ ਹੈ ਸਾਨੂੰ ਉਹ ਦਿਖਾਇਆ ਜਾ ਰਿਹਾ। ਇਸ ਕਰਕੇ ਇਹਦੇ ਵਿੱਚ ਸਭ ਤੋਂ ਵੱਡੀ ਕਮਜ਼ੋਰੀ ਇਹ ਜਾਪੀ ਹੈ ਵੀ ਇਹ ਫਿਲਮ ਜਿਹੜੀ ਹੈ ਇਹ ਆਰਟ ਫਿਲਮ ਨਹੀਂ ਬਣ ਸਕੀ। ਹਾਲਾਂਕਿ ਇਸ ਫਿਲਮ ਦੀ ਜਿਹੜੀ ਹੈ ਫੋਟੋਗ੍ਰਾਫੀ ਹੈ ਉਹਦੀ ਮੈਂ ਸਿਫਤ ਕਰਦਾ, ਉਹ ਫੋਟੋਗ੍ਰਾਫੀ ਬੜੀ ਕਮਾਲ ਦੀ ਕੀਤੀ ਹੈ। ਉਸ ਮੁੰਡੇ ਨੇ ਬਿਲਕੁਲ ਨਵਾਂ ਮੁੰਡਾ ਹੈ, ਸੁਖਨ ਸਾਰਜ ਦਾ ਨਾਂ ਹੈ, ਔਰ ਉਹਨੇ ਬੜੀ ਅੱਛੀ ਫੋਟੋਗ੍ਰਾਫੀ ਕੀਤੀ ਹੈ। ਜਿੱਥੇ ਜਿੱਥੇ ਵੀ ਉਹਦੇ ਕੈਮਰੇ ਦਾ ਦਾਅ ਲੱਗਿਆ ਉਹਨੇ ਉਹ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਡਾਇਰੈਕਸ਼ਨ ਦੀ ਜ਼ਰੂਰ ਥੋੜ੍ਹੀ ਜਿਹੀ ਇਹਦੇ ਵਿੱਚ ਕਮਜ਼ੋਰੀ ਰਹਿ ਗਈ ਹੈ, ਜਿੱਥੇ ਕਿ ਥੋੜ੍ਹਾ ਜਿਹਾ ਹੋਰ ਜ਼ੋਰ ਜਿਹੜਾ ਉਹ ਲਾਉਣ ਦੀ ਲੋੜ ਸੀ। ਦੋਸਤੋ ਇਸ ਗੱਲ ਦਾ ਹੈ ਵੀ ਤੁਸੀਂ ਇੱਕ ਫਿਲਮ ਬਣਾਉਂਦੇ ਹੋ, ਉਸ ਨੂੰ ਫਿਲਮ ਨੂੰ ਜਦੋਂ ਅਸੀਂ PVR ਵਾਲੇ ਸਿਨੇਮਿਆਂ ਵਿੱਚ ਵੇਖਣ ਜਾਂਦੇ ਹਾਂ ਤਾਂ ਉਹਦੇ ਵਿੱਚ ਸਾਡਾ 200, 250, 300 ਰੁਪਇਆ ਖਰਚ ਹੁੰਦਾ ਹੈ, ਔਰ ਉਸ 300 ਰੁਪਏ ਦੇ ਵਿੱਚ ਅਸੀਂ 84 ਮਿੰਟ ਦੀ ਜਿਹੜੀ ਫਿਲਮ ਵੇਖਦੇ ਹਾਂ ਜਿਹੜੀ ਕਿ 1.5 ਘੰਟੇ ਦੀ ਵੀ ਨਹੀਂ ਹੁੰਦੀ, ਤਾਂ ਫਿਰ ਸਾਨੂੰ ਐਂ ਲੱਗਦਾ ਹੈ ਵੀ ਜੋ ਸਾਨੂੰ ਫਿਲਮ ਦੇ ਵਿੱਚੋਂ ਮਿਲਣਾ ਚਾਹੀਦਾ ਸੀਗਾ, ਘੱਟੋ ਘੱਟ ਸੰਤੁਸ਼ਟੀ ਤਾਂ ਮਿਲਦੀ ਵੀ ਅਸੀਂ ਉਹ ਫਿਲਮ ਵੇਖੀ ਹੈ ਅਤੇ ਸਾਨੂੰ ਕੋਈ ਸੰਤੁਸ਼ਟੀ ਮਿਲੀ ਹੈ, ਔਰ ਅਸੀਂ ਉਸ ਫਿਲਮ ਨੂੰ ਦੇਖ ਕੇ ਅਸੀਂ ਬੜੇ ਖੁਸ਼ ਮੂਡ ਦੇ ਵਿੱਚ ਬਾਹਰ ਨਿਕਲੇ ਹਾਂ। ਹੁਣ ਜਿੱਥੇ ਕਿ ਐਂਡ ਦੇ ਉੱਤੇ ਸਿਰਫ ਇਹੀ ਗੱਲ ਸਾਹਮਣੇ ਆਉਂਦੀ ਹੈ ਵੀ ਉਹਨੂੰ ਟਾਂਗੇ ਦਾ ਲਾਇਸੈਂਸ ਨਹੀਂ ਮਿਲ ਸਕਦਾ, ਪਰ ਉਹਨੂੰ ਕੋਠੇ ਦੇ ਬਹਿਣ ਦਾ ਲਾਇਸੈਂਸ ਮਿਲ ਸਕਦਾ ਉਸ ਔਰਤ ਨੂੰ, ਔਰ ਉੱਥੇ ਕਹਾਣੀ ਖਤਮ ਹੋ ਜਾਂਦੀ ਹੈ। ਸੋ ਦੋਸਤੋ ਇਸ ਕਹਾਣੀ ਨੂੰ ਜਿਹਨਾਂ ਜਿਹਨਾਂ ਲੋਕਾਂ ਨੇ ਇਹਦੇ ਵਿੱਚ ਐਕਟਿੰਗ ਕੀਤੀ ਹੈ ਉਹਨਾਂ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ। ਹਾਰਪ ਫਾਰਮਰ ਮੈਨੂੰ ਬਹੁਤ ਪ੍ਰਭਾਵਿਤ ਕੀਤਾ, ਉਸ ਮੁੰਡੇ ਦੇ ਵਿੱਚ ਐਕਟਿੰਗ ਵਾਲੇ ਗੁਣ ਨੇ, ਉਹ ਮੁੰਡਾ ਵੈਸੇ ਵੀ ਹਰਫਨ ਮੌਲਾ ਹੈ, ਉਹ ਮੁੰਡਾ ਕਵਿਤਾ ਵੀ ਲਿਖਦਾ ਹੈ, ਉਹਨੇ ਫੋਟੋਗ੍ਰਾਫੀ ਵੀ ਕੀਤੀ ਹੈ, ਉਹ ਹੁਣ ਇਸ ਫਿਲਮ ਦਾ ਹੀਰੋ ਵੀ ਹੈ, ਉਹਦੇ ਵਿੱਚ ਇਹ ਸਾਰੇ ਗੁਣ ਮੌਜੂਦ ਨੇ, ਉਹ ਇੱਕ ਅੱਛਾ ਐਕਟਰ ਸਾਬਿਤ ਹੋਇਆ ਇਸ ਫਿਲਮ ਦੇ ਵਿੱਚ। ਔਰ ਇਸੇ ਤਰ੍ਹਾਂ ਜਦੋਂ ਮੈਂ ਇਸ ਫਿਲਮ ਦੀ ਹੀਰੋਇਨ ਦੀ ਗੱਲ ਕਰਦਾ ਹਾਂ, ਆਨੰਦ ਪ੍ਰਿਆ ਦੀ, ਆਨੰਦ ਪ੍ਰਿਆ ਵੀ ਇੱਕ ਸੁਲਝੀ ਹੋਈ ਆਰਟਿਸਟ ਹੈ, ਔਰ ਉਹਨੇ ਵੀ ਆਪਣੀ ਐਕਟਿੰਗ ਰਾਹੀਂ, ਉਹਨੇ ਆਪਣੀ ਕਲਾ ਰਾਹੀਂ ਪ੍ਰਭਾਵਿਤ ਕੀਤਾ, ਜਦੋਂ ਕਿ ਸਾਨੂੰ ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਲੱਗਦੀ ਰਹਿੰਦੀ ਹੈ ਵੀ ਜਿਹੜੇ ਥੀਏਟਰ ਵਾਲੇ ਆਰਟਿਸਟ ਹੈ ਇਹ ਥੀਏਟਰ ਵਾਲੀ ਜਿਹੜੀ ਆਪਣੀ ਸਪੀਡ ਹੈ ਉਹਨੂੰ ਫਿਲਮ ਵਾਲੀ ਸਪੀਡ ਦੇ ਬਰਾਬਰ ਨਹੀਂ ਲਿਜਾ ਸਕਦੇ, ਇਹ ਉਸੇ ਤਰ੍ਹਾਂ ਸਲੋ ਮੋਸ਼ਨ ਦੇ ਵਿੱਚ ਗੱਲ ਕਰਦੇ ਨੇ, ਜਿਹੜੀ ਕਿ ਫਿਲਮ ਦੇਖ ਰਿਹਾ ਦਰਸ਼ਕ ਜਿਹੜਾ ਹੈ ਇੰਨੀ ਸਲੋ ਮੋਸ਼ਨ ਬਰਦਾਸ਼ਤ ਨਹੀਂ ਕਰਦਾ।
ਮੈਂ ਇਸ ਗੱਲ ਨੂੰ ਫਿਰ ਇੱਕ ਬਾਰੇ ਦੁਬਾਰਾ ਕਹਿ ਰਿਹਾ ਹਾਂ ਵੀ ਠੀਕ ਹੈ, ਇਸ ਫਿਲਮ ਦੇ ਵਿੱਚ ਆਨੰਦ ਪ੍ਰਿਆ ਦਾ ਵੀ ਰੋਲ ਮੈਨੂੰ ਅੱਛਾ ਲੱਗਾ, ਪਰ ਆਨੰਦ ਪ੍ਰਿਆ ਦਾ ਡਾਇਲੋਗ ਬੋਲਣ ਦਾ ਢੰਗ ਜਾਂ ਜਿਹੜੇ ਉਹਦੇ ਨਾਲ ਹੋਰ ਸਹਾਇਕ ਆਰਟਿਸਟ ਨੇ ਉਹਨਾਂ ਦਾ ਬੋਲਣ ਦਾ ਢੰਗ ਉਹ ਬੜਾ ਸਲੋ ਹੈ। ਉਹ ਐਂ ਲੱਗਦਾ ਵੀ ਜਿੱਦਾਂ ਉਹ ਥੀਏਟਰ ਦੇ ਵਿੱਚ ਐਕਟਿੰਗ ਕਰ ਰਹੇ ਨੇ। ਥੀਏਟਰ ਦਾ ਔਰ ਫਿਲਮ ਦਾ ਇਹ ਬੜਾ ਫਰਕ ਹੁੰਦਾ ਹੈ। ਫਿਲਮ ਦਾ ਦਰਸ਼ਕ ਜਿਹੜਾ ਹਾਲ ਦੇ ਵਿੱਚ ਬੈਠਾ ਬੈਠਾ ਇਹ ਇੰਨੀ ਦੇਰੀ ਨਹੀਂ ਬਰਦਾਸ਼ਤ ਕਰ ਸਕਦਾ ਜਾਂ ਉਹ ਇੰਨਾ ਲੰਬਾ ਪੌਜ਼ ਨਹੀਂ ਸੁਣਨ ਦਾ ਆਦਿ। ਸੋ ਇਹ ਇਸ ਫਿਲਮ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਆਰਟਿਸਟਾਂ ਕੋਲੋਂ ਥੋੜ੍ਹੀ ਜਿਹੀ ਇਹ ਭੁੱਲ ਹੋਈ ਹੈ ਵੀ ਇਹ ਆਪਣੇ ਜਿਹੜੇ ਥੀਏਟਰ ਵਾਲੀ ਕਲਾ ਆ ਉਹਨੂੰ ਇਹ ਫਿਲਮ ਵਾਲੀ ਕਲਾ ਦੇ ਬਰਾਬਰ ਨਹੀਂ ਕਰ ਸਕਦੇ। ਇਹਨਾਂ ਵਿੱਚ ਹੋਰ ਆਰਟਿਸਟ ਜਿਹੜੇ ਨੇ, ਸਰਵਰ ਅਲੀ ਆ, ਅਨੀਤਾ ਸ਼ਬਦੀਸ਼ ਹੈ, ਅਨੀਤਾ ਸ਼ਬਦੀਸ਼ ਕੋ ਜਿੰਨਾ ਕੰਮ ਉਹਨੂੰ ਮਿਲਿਆ ਸੀ ਕਰਨ ਲਈ ਉਹਨੇ ਕੀਤਾ ਹੈ, ਇਕੱਤਰ ਸਿੰਘ ਹੈ, ਡਾਕਟਰ ਰਾਜਨ ਗੁਪਤਾ ਹੈ। ਔਰ ਮੈਂ ਇੱਕ ਵਾਰੀ ਫਿਰ ਸੁਖਨ ਸਾਰ ਦੀ ਤਾਰੀਫ ਕਰਦਾ ਵੀ ਉਹਦੀ ਜਿਹੜੀ ਫੋਟੋਗ੍ਰਾਫੀ ਹੈ ਉਹ ਬਹੁਤ ਅੱਛੀ ਫੋਟੋਗ੍ਰਾਫੀ ਕੀਤੀ ਹੈ ਉਹਨੇ ਇਸ ਫਿਲਮ ਦੀ। ਲੇਕਿਨ ਦੋਸਤੋ ਇਸ ਫਿਲਮ ਨੂੰ ਦਰਸ਼ਕ ਨਾ ਤਾਂ ਕੱਲ੍ਹ ਜਦੋਂ ਮੈਂ ਵੇਖਣ ਗਿਆ ਤਾਂ ਅਸੀਂ ਚਾਰ ਦਰਸ਼ਕ ਸੀਗੇ ਹਾਲ ਦੇ ਵਿੱਚ, ਨਾ ਤਾਂ ਇਸ ਫਿਲਮ ਨੂੰ ਦਰਸ਼ਕ ਮਿਲਣੇ ਆ ਅਤੇ ਨਾ ਇਸ ਫਿਲਮ ਨੇ ਆਪਣੇ ਖਰਚੇ ਪੂਰੇ ਕਰ ਸਕਣੇ ਆ। ਤੁਹਾਨੂੰ ਸ਼ਾਇਦ ਇਸ ਗੱਲ ਦਾ ਇਲਮ ਨਹੀਂ ਹੋਵੇਗਾ ਵੀ ਫਿਲਮ ਜਿਹੜੀ ਹੈ ਉਹ ਬਣਾਉਣੀ ਅਤੇ ਬਣਾ ਕੇ ਜਿਹੜੀ ਸਿਨੇਮਿਆਂ 'ਚ ਵਿਖਾਉਣੀ, ਸਿਨੇਮਿਆਂ ਤੱਕ ਲੈ ਕੇ ਜਾਣੀ ਉਹ ਹੋਰ ਵੀ ਮੁਸ਼ਕਲ ਹੈ, ਉਸ ਦੇ ਉੱਤੇ ਬੜੇ ਭਾਰੀ ਖਰਚੇ ਪੈਂਦੇ ਨੇ। ਸੋ ਇਸ ਫਿਲਮ ਨੇ ਬਹੁਤ ਸਾਰੇ ਖਰਚੇ ਸਹੇ ਨੇ ਔਰ ਮੈਨੂੰ ਲੱਗਦਾ ਹੈ ਵੀ ਇਹਨੂੰ ਰਿਲੀਜ਼ ਕਰਨਾ ਵੀ ਮਹਿੰਗਾ ਪਵੇਗਾ। ਚੰਗਾ ਹੁੰਦਾ ਜੇ ਫਿਲਮ ਸਿਰਫ OTT 'ਤੇ ਰਿਲੀਜ਼ ਕੀਤੀ ਜਾਂਦੀ, ਕਿਉਂਕਿ OTT 'ਤੇ ਫਿਰ ਵੀ ਤਾਂ ਉਹਨਾਂ ਨੂੰ ਕੋਈ ਇਹੋ ਜਿਹੀ ਗੱਲ ਕੋਈ ਬਹੁਤੇ ਖਰਚੇ ਪੱਲੇ ਉਹ ਨਹੀਂ ਕਰਨੇ ਪੈਂਦੇ। ਅਤੇ ਸੋ ਮੈਂ ਚਾਹੁੰਦਾ ਹੈ ਕਿ ਇਹ ਫਿਲਮ ਜਿਹੜੀ ਆ OTT 'ਤੇ ਵੀ ਦਿਖਾਈ ਜਾਵੇ ਤਾਂ ਕਿ ਇਹਨੂੰ ਦਰਸ਼ਕ ਦੇਖ ਸਕਣ। ਬਹੁਤ ਬਹੁਤ ਧੰਨਵਾਦ ਤੁਹਾਡਾ। ਜੇ ਤੁਹਾਨੂੰ ਮੇਰੀ ਗੱਲਬਾਤ ਚੰਗੀ ਲੱਗੀ ਹੋਵੇ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ।